ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲੱਚਰ ਗਾਇਕਾਂ ਨੂੰ ਬਾਜ਼ ਆਉਣ ਦੀ ਤਾਕੀਦ ਕੀਤੀ ਗਈ ਹੈ ਅਤੇ ਇਸੇ ਫੈਸਲੇ ਤੋਂ ਬਾਅਦ ਬਠਿੰਡਾ ਦੇ ਭਗਤਾ ਭਾਈ ਦੇ ਨੌਜਵਾਨ ਖੁਸ਼ ਨੇ ਕਿਉਂਕਿ ਇਹਨਾਂ ਦੇ ਵੱਲੋਂ ਵੀ ਲੰਬੇ ਵੇਲੇ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ। ਲੱਚਰ ਅਤੇ ਮਾੜੀ ਸ਼ਬਦਾਵਲੀ ਵਾਲੇ ਗੀਤਾਂ ਤੇ ਬੈਨ ਲਾਉਣ ਦੀ ਮੰਗ ਹੋ ਰਹੀ ਸੀ, ਪਰ ਕਿਉਂਕਿ ਹੁਣ ਮੁੱਖ ਮੰਤਰੀ ਨੇ ਖੁਦ ਗਾਇਕਾਂ ਨੂੰ ਨਸੀਹਤ ਦੇ ਦਿੱਤੀ ਹੈ ਕਿ ਮਾੜੇ ਗੀਤ ਨਾ ਗਾਏ ਜਾਣ, ਇਸ ਲਈ ਇਹ ਵੀ ਖੁਸ਼ ਨੇ ਤੇ ਮੁੱਖ ਮੰਤਰੀ ਦਾ ਧੰਨਵਾਦ ਕਰ ਰਹੇ ਨੇ। ਅਤੇ ਪਰ ਮੈਂ ਅੱਜ ਬਹੁਤ ਧੰਨਵਾਦ ਕਰਦਾ ਪੰਜਾਬ ਪੁਲਿਸ ਦਾ ਅਤੇ ਪੰਜਾਬ ਸਰਕਾਰ ਦਾ, ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਸਿੰਘ ਜੀ, ਉਹਨਾਂ ਦਾ ਬਹੁਤ ਧੰਨਵਾਦ ਕਰਦਾ। ਉਹਨਾਂ ਨੇ ਬਹੁਤ ਵੱਡਾ ਫੈਸਲਾ ਲਿਆ ਉਹਨਾਂ ਕਲਾਕਾਰਾਂ ਦੇ ਖਿਲਾਫ਼ ਜੋ ਪੰਜਾਬ ਦੇ ਵਿੱਚ ਹਥਿਆਰਾਂ ਵਾਲੇ ਗੀਤਾਂ ਨੂੰ ਪ੍ਰਮੋਟ ਕਰ ਰਹੇ ਸੀ। ਉਹਨਾਂ ਦਾ ਜਾਣੀ ਕਿ ਉਹਨਾਂ ਦਾ ਸਖ਼ਤ ਕਾਰਵਾਈ ਦੀ ਜਿਹੜੀ ਸਾਡੀ ਮੰਗ ਸੀ ਉਹਨਾਂ ਨੂੰ ਪੂਰਨ ਕੀਤਾ ਅਤੇ ਉਹਨਾਂ ਨੇ ਵਿਸ਼ਵਾਸ ਦਵਾਇਆ ਕਿ ਜਿਹੜੇ ਇੱਦਾਂ ਦੇ ਗੀਤ ਕਲਾਕਾਰ ਗਾਉਣਗੇ ਉਹਨਾਂ 'ਤੇ ਸਖ਼ਤ ਕਾਰਵਾਈ ਕੀਤੀ ਜਾਊਗੀ ਅਤੇ ਪਰਚੇ ਦਰਜ ਕਰੇ ਜਾਣਗੇ।